ਦਲਜੀਤ ਸਿੰਘ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਪੰਜਾਬ ਦੇ ਨਵੇਂ ਥਾਪੇ ਗਏ ਡੀਜੀਪੀ ਸੁਰੇਸ਼ ਅਰੋੜਾ ਨਾਲ। 1982 ਬੈਚ ਦੇ ਆਈਪੀਐਸ ਅਧਿਕਾਰੀ ਨਵਨਿਯੁਕਤ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਇਹਨਾਂ ਦੀ ਪ੍ਰਾਇੋਰਟੀ ਕੀ ਰਹੇਗੀ। ਅਰੋੜਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਪ੍ਰਾਇੋਰਟੀ ਕੀ ਰਹੇਗੀ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਦੇ ਹਾਲਾਤ ਨੇ, ਅਮਨ ਸ਼ਾਂਤੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਰਹੇ, ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਪ੍ਰਾਇੋਰਟੀ ਰਹੇਗੀ? ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਕਾਨਫਰੰਸ 'ਚ ਦੱਸਿਆ ਕਿ ਆਪਸੀ ਭਾਈਚਾਰਾ ਔਰ ਲਾਅ ਐਂਡ ਆਰਡਰ ਇਹਨੂੰ ਮੇਨਟੇਨ ਰੱਖਣਾ ਮੇਰੇ ਵਾਸਤੇ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਏਗੀ। ਔਰ ਇਹਦੇ ਨਾਲ ਹੀ ਆਪਣੀ ਜਿਹੜੀ ਸਾਡੀ ਪੁਲਿਸ ਦੀ ਫੰਕਸ਼ਨਿੰਗ ਹੈ ਉਹਦੇ ਵਿੱਚ ਇੱਕ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਔਰ ਇੱਕ ਇੰਪਾਰਸ਼ਲ ਇਨਵੈਸਟੀਗੇਸ਼ਨ, ਜਿਹੜੇ ਲੋਕਾਂ ਨੂੰ ਅੱਜ ਦੀ ਡੇਟ 'ਚ ਸਾਡੇ 'ਤੇ ਵਿਸ਼ਵਾਸ ਜਾਂ ਭਰੋਸਾ ਘੱਟ ਹੋਇਆ, ਉਹਨੂੰ ਕਿਵੇਂ ਕਾਇਮ ਕਰਨਾ, ਇਹ ਮੇਰੀ ਪ੍ਰਾਇੋਰਟੀ ਰਹਿਣਗੀਆਂ। ਜਿਹੜੇ ਬੇਅਦਬੀ ਦੇ ਐਕਸੀਡੈਂਟ ਹੋਏ ਆ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰੋਗੇ? ਜਿਹੜੇ ਕਿ ਹੁਣ SIT ਬਣਾਈ ਗਈ ਹੈ, ਦੋ ਲੋਕ ਜਿਹੜੇ ਫੜੇ ਗਏ ਜਿਨ੍ਹਾਂ ਦੀ ਡਬਈ ਤੋਂ ਕਾਰਸ ਆਉਂਦੀ ਸੀ, ਇਹ ਤੋਂ ਇਲਾਵਾ ਹੋਰ ਕੀ ਕੀ ਪੁਲਿਸ ਕੋਲ ਅਹਿਮ ਸਬੂਤ ਨੇ ਉਹਨਾਂ ਖਿਲਾਫ਼? ਦੇਖੋ, ਇਸ ਸਟੇਜ ਦੇ ਉੱਤੇ ਡਿਟੇਲ 'ਚ ਮੈਂ ਡਿਸਕਸ ਨਹੀਂ ਕਰ ਸਕਾਂਗਾ। ਇਸ ਤੋਂ ਬਾਅਦ ਮੇਰੀ ਮੀਟਿੰਗ SIT ਚੀਫ ਨਾਲ ਹੈ, ਉਸ ਤੋਂ ਬਾਅਦ ਐਡੀਸ਼ਨਲ ਡੀਜੀ ਲਾਅ ਐਂਡ ਆਰਡਰ ਨਾਲ ਹੈ, ਉਹਨਾਂ ਤੋਂ ਬਰੀਫਿੰਗ ਲੈ ਕੇ ਹੀ ਅਸੀਂ ਫੈਸਲਾ ਕਰ ਸਕਾਂਗੇ ਕਿ ਅੱਗ ਨੈਕਸਟ ਕੀ ਕਰਨਾ। ਸਰ, ਲੋਕਾਂ ਨੂੰ ਕੀ ਅਪੀਲ ਦੇਣਾ ਚਾਹੋਗੇ ਸਾਡੇ PTC ਨਿਊਜ਼ ਰਾਹੀਂ? ਦੇਖੋ, ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂੰਗਾ ਕਿ ਅਸੀਂ ਇਹ ਵਕਤ ਦੇਖਿਆ ਪੰਜਾਬ ਦੇ ਵਿੱਚ, ਇਹ ਹਾਰਡ ਐਂਡ ਪੀਸ ਹੈ, ਔਰ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਔਰ ਅਸੀਂ ਤੁਹਾਨੂੰ ਇਨਸਾਫ ਦੇ ਪ੍ਰਤੀ ਅਸ਼ੋਰੈਂਸ ਦਿੰਦੇ ਹਾਂ ਕਿ ਅਸੀਂ ਸਾਡੀ ਕਾਰਵਾਈ ਦੇ ਵਿੱਚ ਤੁਹਾਨੂੰ ਇਨਸਾਫ ਔਰ ਫੇਅਰਨੈਸ ਨਜ਼ਰ ਆਏਗੀ। ਤੁਹਾਨੂੰ ਸੁਰੇਸ਼ ਅਰੋੜਾ ਜੀ, ਨਵਨਿਯੁਕਤ DGP ਪੰਜਾਬ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਿਰ ਬਹਾਰ ਰਹੇ, ਇਹਨੂੰ ਲੈ ਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾ ਕੇ ਉਹ ਲੋਕਾਂ ਨਾਲ ਗੱਲਬਾਤ ਕਰਨਗੇ।